ਨਾਲ ਦੀ ਨਾਲ ਹੀ ਰਿਜ਼ਲਟ ਤੋਂ ਬਾਅਦ ਕਾਉਂਸਲਿੰਗ ਵਾਲੀ ਲਿਸਟ ਵੀ ਪਾ ਦਿੱਤੀ ਹੈ। ਕਲਰਕ ਆਈਟੀ ਤੇ ਕਲਰਕ ਅਕਾਊਂਟ ਦੀ ਕਾਉਂਸਲਿੰਗ ਹੈ ਜਿਹੜੀ ਜੀ 30 ਤਰੀਕ ਨੂੰ ਸ਼ੁਰੂ ਹੋਣੀ ਹੈ। ਕੀ ਡਿਟੇਲਸ ਨੇਗੀਆਂ ਸਾਰੀਆਂ ਆਪਾਂ ਚੈੱਕ ਕਰਦੇ ਹਾਂ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਲਾਈਕਨ ਜ਼ਰੂਰ ਪ੍ਰੈਸ ਕਰ ਲਓ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਹੋ। ਕੋਈ ਵੀ ਕੈਂਡੀਡੇਟ ਇਹੋ ਜਿਹਾ ਨਾ ਹੋਵੇ, ਰਿਕੁਐਸਟ ਹੈ ਸਾਰਿਆਂ ਨੂੰ ਪਲੀਜ਼ ਸਬਸਕ੍ਰਾਈਬ ਕਰਕੇ ਬੈਲ ਲਾਈਕਨ ਪ੍ਰੈਸ ਕੀਤਾ ਹੋਵੇ ਤਾਂ ਕਿ ਜਦੋਂ ਵੀ ਅਪਡੇਟ ਆਵੇ ਲਗਾਤਾਰ ਅਪਡੇਟ ਆ ਰਹੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਤੇ ਮਿਲਣਗੀਆਂ। ਇਸ ਲਈ ਸਬਸਕ੍ਰਾਈਬ ਕਰਕੇ ਬੈਲ ਲਾਈਕਨ ਜ਼ਰੂਰ ਪ੍ਰੈਸ ਕਰ ਲਿਓ। ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਸਾਰੇ ਦੇ ਸਾਰੇ ਲਿੰਕ ਤੁਹਾਨੂੰ ਮਿਲ ਜਾਣਗੇ। ਟੈਲੀਗ੍ਰਾਮ ਦਾ ਲਿੰਕ ਵੀ ਮਿਲ ਜਾਏਗਾ ਪੀਡੀਐਫ ਫਾਈਲ ਦੇ ਲਈ। ਸਬਸਕ੍ਰਾਈਬ ਕਰਕੇ ਬੈਲ ਲਾਈਕਨ ਜ਼ਰੂਰ ਪ੍ਰੈਸ ਕਰ ਲਿਓ। ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਜ਼ਰੂਰ ਕਰ ਦਿਓ ਜੀ। ਕੋਈ ਕੈਂਡੀਡੇਟ ਰਹੇ ਨਾ ਸ਼ੇਅਰ ਕਰੇ ਤੋਂ ਬਿਨਾਂ, ਲਾਈਕ ਕਰੇ ਤੋਂ ਬਿਨਾਂ, ਰਿਕੁਐਸਟ ਹੈ ਸਾਰਿਆਂ ਨੂੰ। ਸ਼ੁਰੂ ਕਰਦੇ ਹਾਂ ਜੀ। 30 ਤਰੀਕ ਤੋਂ ਕਾਉਂਸਲਿੰਗ ਸ਼ੁਰੂ ਹੋ ਰਹੀ ਹੈ। ਰਿਜ਼ਲਟ ਅਨਾਊਂਸ ਕਰ ਦਿੱਤਾ ਗਿਆ। 22 ਕੈਂਡੀਡੇਟ ਨੇਗੇ ਜਿਹੜੇ ਉਹ ਕਲਰਕ ਆਈਟੀ ਵਾਲੇ ਪਾਸ ਹੋਏ ਨੇਗੇ ਤੇ 34 ਕੈਂਡੀਡੇਟ ਨੇਗੇ ਜਿਹੜੇ ਉਹ ਕਲਰਕ ਅਕਾਊਂਟ ਵਾਲੇ ਪਾਸ ਹੋਏ ਨੇ। ਹੁਣ ਜਿਹੜੇ ਕੈਂਡੀਡੇਟ ਪਾਸ ਹੋਏ ਨੇ ਜੀ, ਉਹਨਾਂ ਨੇ ਇਹ ਵਾਲੇ ਨਕਸ਼ੇ ਭਰ ਕੇ ਜ਼ਰੂਰ ਲੈ ਕੇ ਜਾਣੇ। ਕਲਰਕ ਅਕਾਊਂਟ, ਕਲਰਕ ਆਈਟੀ ਤੇ ਕਲਰਕ ਕਮ ਡਾਟਾ ਐਂਟਰੀ ਓਪਰੇਟਰ ਦਾ ਵੀ ਰਿਜ਼ਲਟ ਅਨਾਊਂਸ ਹੋ ਜਾਏਗਾ। ਪਲੀਜ਼ ਸਬਸਕ੍ਰਾਈਬ ਕਰ ਲਿਓ। ਵਾਰ ਵਾਰ ਤਾਂ ਕਹਿੰਦੇ ਕਿਉਂਕਿ ਕਈ ਕੈਂਡੀਡੇਟ ਕਰਦੇ ਨਹੀਂ, ਸ਼ਾਇਦ ਉਹ ਕਰ ਲੈਣ। ਇਸ਼ਤਿਹਾਰ ਨੰਬਰ 15/2022 ਅਧੀਨ, ਠੀਕ ਹੈ ਜੀ। ਕਾਉਂਸਲਿੰਗ ਦੀ ਮਿਤੀ, ਐਪਲੀਕੇਸ਼ਨ ਨੰਬਰ, ਰੋਲ ਨੰਬਰ, ਲਿਖਤੀ ਪ੍ਰੀਖਿਆ, ਟਾਈਪ ਟੈਸਟ, ਅਪਲਾਈ ਕੈਟੇਗਰੀ, ਠੀਕ ਹੈ ਜੀ, ਕੈਟੇਗਰੀ ਕੋਡ, ਮੇਲ, ਫੀਮੇਲ, ਲਿਖਤੀ ਪ੍ਰੀਖਿਆ ਵਿੱਚ ਪਾਰਟ ਬੀ 'ਚ ਕਿੰਨੇ ਅੰਕ ਨੇ, ਤੁਹਾਡੇ ਉਮੀਦਵਾਰ ਦਾ ਨਾਮ, ਪਿਤਾ ਦਾ ਨਾਮ, ਜਨਮ ਮਿਤੀ, ਦਸਵੀਂ ਪੱਧਰ ਤੱਕ ਪੰਜਾਬੀ ਕੀਤੀ ਹੈ ਜਾਂ ਨਹੀਂ, ਵਿਮੁਕਤ ਜਾਤੀ ਨਾਲ ਰੱਖਦੇ ਹੋ, ਰਹਾਇਸ਼ੀ ਪਤਾ, ਮੋਬਾਈਲ ਨੰਬਰ, ਠੀਕ ਹੈ। ਇਹ ਸਾਰੀ ਦੀ ਸਾਰੀ ਡਿਟੇਲ ਹੈ ਜਿਹੜੀ ਤੁਸੀਂ ਭਰ ਕੇ ਲੈ ਕੇ ਜਾਣੀ ਹੈ, ਬਿਲਕੁਲ ਪੰਜਾਬੀ 'ਚ ਦਿੱਤੀ ਹੋਈ ਹੈ। ਜੇ ਕੁਛ ਵੀ ਪਤਾ ਨਹੀਂ ਲੱਗਿਆ ਤਾਂ ਕਮੈਂਟ ਜ਼ਰੂਰ ਕਰ ਦਿਓ। ਜਿਹੜੀ ਦਫ਼ਤਰੀ ਵਰਤੋਂ ਲਈ ਨੇਗੇ ਉਹ ਤੁਸੀਂ ਛੱਡ ਦੇਣਾ। ਅਨੈਕਸ਼ਰ ਬੀ, ਇਸੇ ਤਰ੍ਹਾਂ ਹੀ ਅਨੈਕਸ਼ਰ ਬੀ ਹੈ ਜਿਹੜਾ ਉਹ ਤੁਸੀਂ ਭਰ ਲੈਣਾ। ਉਸ ਤੋਂ ਬਾਅਦ ਸਾਰੇ ਜਿਹੜੇ ਗ੍ਰੈਜੂਏਸ਼ਨ ਦੇ ਨੇ, ਪੋਸਟ ਗ੍ਰੈਜੂਏਸ਼ਨ, ਡਿਗਰੀ, ਸਾਰੇ ਦੇ ਸਾਰੇ ਕੋਲਮ ਹੈ ਜਿਹੜੇ ਤੁਸੀਂ ਧਿਆਨ ਨਾਲ ਭਰ ਲੈਣਾ। ਜੇ ਕੁਛ ਵੀ ਨਹੀਂ ਪਤਾ ਲੱਗਿਆ ਤਾਂ ਕਮੈਂਟ ਜ਼ਰੂਰ ਕਰ ਦਿਓ, ਠੀਕ ਹੈ ਜੀ। ਇਹ ਅਨੈਕਸ਼ਰ ਏ, ਅਨੈਕਸ਼ਰ ਬੀ ਧਿਆਨ ਨਾਲ ਭਰ ਕੇ ਲੈ ਕੇ ਜਾਇਓ ਤਾਂ ਕਿ ਕੋਈ ਵੀ ਗਲਤੀ ਹੈ ਜਿਹੜੀ ਨਾ ਹੋਵੇ। ਹੋਰ ਅਪਡੇਟ ਤੁਹਾਨੂੰ ਲਗਾਤਾਰ ਇਸੇ ਚੈਨਲ 'ਤੇ ਮਿਲ ਗਈਆਂ। 30 ਤਰੀਕ ਤੋਂ ਕਾਉਂਸਲਿੰਗ ਹੈ ਜਿਹੜੀ ਹੋਣੀ ਹੈਗੀ ਕਲਰਕ ਆਈਡੀ ਤੇ ਕਲਰਕ ਅਕਾਊਂਟ ਦੀ, ਠੀਕ ਹੈ ਜੀ। ਟੈਕਨੀਕਲ ਵੀਡੀਓ ਲਈ ਯੂਟਿਊਬ 'ਤੇ ਇਨਫੋ ਬੋਟ ਆਲਗੋਮੈਂਟ ਜੋਬ ਦੇ ਹੋਮ ਪੇਜ 'ਤੇ ਤੁਹਾਨੂੰ ਇਨਫੋ ਬੋਟ ਆਲ ਟੈਕ ਚੈਨਲ ਮਿਲ ਜਾਏਗਾ, ਉਹਨੂੰ ਵੀ ਸਾਰਿਆਂ ਨੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲੈਣਾ ਉਸ ਦਾ ਵੀ। ਕਲਰਕ ਆਈਡੀ ਤੇ ਕਲਰਕ ਅਕਾਊਂਟ ਤੋਂ ਬਾਅਦ ਕਲਰਕ 939 ਪੋਸਟਾਂ, ਕਲਰਕਮ ਡਾਟਾ ਐਂਟਰੀ ਓਪਰੇਟਰ, ਕਲਰਕ ਦੀਆਂ 749 ਪੋਸਟਾਂ, ਠੀਕ ਹੈ ਜੀ। ਟਾਈਪਿੰਗ ਟੈਸਟ ਵਾਲਾ ਸ਼ੁਰੂ ਹੋ ਗਏ ਨੇਗੇ, ਰਿਜ਼ਲਟ ਜਲਦ ਹੀ ਅਨਾਊਂਸ ਹੋ ਜਾਏਗਾ ਇਹਨਾਂ ਦਾ ਵੀ। ਨਾਲ ਦੀ ਨਾਲ ਰਿਜ਼ਲਟ ਅਨਾਊਂਸ ਹੋ ਰਿਹਾ, ਬਹੁਤ ਵਧੀਆ ਹੈਗਾ। ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ। ਸ਼ੇਅਰ ਕਰਕੇ ਜਾਇਓ ਜੀ, ਲਾਈਕ ਕਰਕੇ ਜਾਇਓ। ਮਿਲਦੇ ਹਾਂ ਨੈਕਸਟ ਅਪਡੇਟ 'ਚ, ਤਦ ਤੱਕ ਲਈ ਬੀ ਸੇਫ, ਸਟੇ ਕਨੈਕਟਡ, ਬਾਏ ਬਾਏ।